ਇਲਾਕੇ ਦੇ ਵਿੱਚ ਲੁਟੇਰੇ ਬੇਖੌਫ ਹੋ ਕੇ ਘੁੰਮ ਰਹੇ ਨੇ, ਜਿਸਦੇ ਚੱਲਦੇ ਇਹਨਾਂ ਲੁਟੇਰਿਆਂ ਨੇ ਆਤੰਕ ਮਚਾਇਆ ਹੋਇਆ। ਲਗਾਤਾਰ ਇਹ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਨੇ ਤੇ ਹੁਣ ਤਾਜ਼ਾ ਮਾਮਲਾ ਸਾਹਮਣੇ ਆਇਆ ਜਦੋਂ ਇਹਨਾਂ ਲੁਟੇਰਿਆਂ ਵੱਲੋਂ ਇੱਕ ਸ਼ਖਸ ਨੂੰ ਘੇਰਾ ਪਾ ਲਿਆ ਗਿਆ ਤੇ ਉਸਦੇ ਨਾਲ ਲੁੱਟ ਖੋਹ ਦੀ ਘਟਨਾ ਨੂੰ ਅੰਜਾਮ ਦਿੱਤਾ। ਤਸਵੀਰਾਂ ਉੱਥੇ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਜਾਂਦੀਆਂ ਨੇ। ਦੇਖਿਆ ਜਾ ਸਕਦਾ ਹੈ ਕਿ ਇੱਕ ਸ਼ਖਸ ਸਕੂਟਰੀ ਤੇ ਆ ਰਿਹਾ ਹੁੰਦਾ ਹੈ ਤੇ ਨਾਲ ਹੀ ਇਹ ਲੁਟੇਰੇ ਆਪਣੀ ਸਕੋਡਾ ਗੱਡੀ ਉਸਦੇ ਮਗਰ ਲਗਾ ਲੈਂਦੇ ਨੇ ਤੇ ਉਸਨੂੰ ਘੇਰ ਲੈਂਦੇ ਨੇ। ਗੱਡੀ ਦੇ ਵਿੱਚੋਂ 3-4 ਲੁਟੇਰੇ ਉਤਰਦੇ ਨੇ ਤੇ ਹਥਿਆਰਾਂ ਦੀ ਦਮ ਤੇ ਉਸਦੀ ਡਿੱਗੀ ਖੁਲਵਾਉਂਦੇ ਨੇ ਤੇ ਡਿੱਗੇ ਦੇ ਵਿੱਚ 2 ਲੱਖ ਦੀ ਰਕਮ ਪਈ ਹੁੰਦੀ ਹੈ ਤੇ ਇਹ ਸਾਰੀ ਰਕਮ ਉਹ ਲੁੱਟ ਕੇ ਫਰਾਰ ਹੋ ਜਾਂਦੇ ਨੇ। ਇਸ ਤੋਂ ਇਲਾਵਾ ਇਸ ਸ਼ਖਸ ਦਾ ਮੋਬਾਈਲ ਫੋਨ ਵੀ ਲੈ ਜਾਂਦੇ ਨੇ। ਇਹ ਸ਼ਖਸ ਨਗਰ ਕੌਂਸਲ ਦਾ ਪ੍ਰਧਾਨ ਹੈ ਜਿਸ ਨੂੰ ਇਹਨਾਂ ਲੁਟੇਰਿਆਂ ਨੇ ਰਾਤ ਦੇ ਹਨੇਰੇ ਦੇ ਵਿੱਚ ਘੇਰਾ ਪਾਇਆ ਤੇ ਲੁੱਟ ਖੋਹ ਦੀ ਘਟਨਾ ਨੂੰ ਅੰਜਾਮ ਦਿੱਤਾ। ਇਹ ਮਾਮਲਾ ਬਠਿੰਡਾ ਦੀ ਭੁੱਚੋ ਮੰਡੀ ਤੋਂ ਸਾਹਮਣੇ ਆਇਆ, ਜਿੱਥੇ ਨਗਰ ਕੌਂਸਲ ਦੇ ਪ੍ਰਧਾਨ ਨੂੰ ਦੇਰ ਰਾਤ ਕਾਰ ਸਵਾਰ ਹੋ ਕੇ ਆਏ ਲੁਟੇਰਿਆਂ ਨੇ ਘੇਰਾ ਪਾਇਆ ਤੇ 2 ਲੱਖ ਅਤੇ 2 ਮੋਬਾਈਲ ਲੁੱਟ ਕੇ ਫਰਾਰ ਹੋ ਗਏ। ਸਕੋਡਾ ਗੱਡੀ ਦੇ ਵਿੱਚ 4-5 ਲੁਟੇਰੇ ਆਏ ਸਨ, ਜਿਨ੍ਹਾਂ ਦੇ ਕੋਲ ਹਥਿਆਰ ਵੀ ਸਨ ਅਤੇ ਹਥਿਆਰਾਂ ਦੇ ਦਮ ਤੇ ਇਹਨਾਂ ਨੇ ਸਕੂਟਰੀ ਦੀ ਤਲਾਸ਼ੀ ਲਈ ਅਤੇ ਲੱਖਾਂ ਦੀ ਲੁੱਟ ਕਰਕੇ ਫਰਾਰ ਹੋ ਗਏ। ਇਹ ਪੂਰੀ ਘਟਨਾ ਉੱਥੇ ਲੱਗੇ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਹੈ। ਫਿਲਹਾਲ ਪੁਲਿਸ ਨੇ ਸੀਸੀਟੀਵੀ ਦੇ ਆਧਾਰ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਜੌਨੀ ਬੰਸਲ, ਨਗਰ ਕੌਂਸਲ ਪ੍ਰਧਾਨ ਭੁੱਚੋ ਮੰਡੀ। ਅੱਜ ਤੋਂ 10-20 ਦਿਨ ਪਹਿਲਾਂ ਨਾ ਮੈਂ ਸ਼ੋਪ ਖੋਲ੍ਹੀ ਹੈ ਦੇਸ਼ ਦੇ ਕੋਲੇ ਖੁੱਲ੍ਹ ਕੇ ਅਤੇ ਮੈਂ ਉੱਥੋਂ ਚੱਲ ਕੇ 12:46 ਤੋਂ ਚੱਲਿਆ ਅਤੇ 12:54 ਤੇ ਮੈਂ ਉੱਥੇ ਪਹੁੰਚ ਗਿਆ ਜੋੜੇ ਕੰਡੇ ਕੋਲੇ। ਮੇਰੇ ਮੂਹਰੇ ਸਕੋਡਾ ਕਾਰ ਲੱਗ ਕੇ ਅਤੇ ਕਹੀ ਦੇ 4 ਬੰਦੇ ਸੀ ਅਤੇ 2 ਕਹੀ ਦੇ ਬਾਹੇ ਉੱਤਰ ਕੇ ਮੈਨੂੰ ਕਹਿੰਦੇ ਜਿਹੜਾ ਕੁਛ ਹੈਗਾ ਦੇ ਦਿਓ। ਮੈਂ ਉਹਨਾਂ ਨੂੰ, ਮੇਰੇ 9,000 ਰੁਪਇਆ 2 ਮੋਬਾਈਲ ਸੀ। ਜਾਂਦੇ ਜਾਂਦੇ ਇੱਕ ਬੰਦਾ ਕਹਿੰਦਾ ਡੱਗੀ ਚੈੱਕ ਕਰਾ ਦੇ, ਉਹਦੇ ਵਿੱਚ 2 ਲੱਖ ਰੁਪਇਆ ਸੀ। ਉਹ 2,09,000 ਰੁਪਇਆ ਮੇਰੇ ਤੋਂ ਦੋਨੇ ਮੋਬਾਈਲ, ਐਪਲ ਦਾ ਅਤੇ 1,000 ਰੁਪਇਆ ਦਾ ਮੋਬਾਈਲ ਲੈ ਗਏ। ਮੈਂ ਨਾਲ ਦੇ ਨਾਲ ਚੌਂਕੀ ਅਜੇਪਾਲ ਜੀ ਨੂੰ ਕੀਤੀ। ਉਹ 1.5 ਮਿੰਟ ਤੋਂ ਪਹਿਲਾਂ ਅਜੇਪਾਲ ਜੀ ਆ ਗਏ, ਉਹਨਾਂ ਨੇ ਮੇਰੀ ਬਹੁਤ ਸਪੋਰਟ ਕੀਤੀ, ਨਾਲ ਪੁਲਿਸ ਵਾਲੀ ਟੀਮ ਲੈ ਕੇ, ਜਿਨ੍ਹਾਂ ਦਾ ਏਰੀਆ ਨਹੀਂ ਪੈਂਦਾ ਸੀ ਤਾਂ ਵੀ ਪੂਰੀ ਸਪੋਰਟ ਕੀਤੀ ਉਹਨਾਂ ਨੇ। 4 ਵਜੇ ਤੱਕ ਤਪੇ ਤੇ ਅਸੀਂ ਸਾਰਾ ਘੁੰਮਦੇ, ਨਾਲ ਪਿੰਡ ਸਗੋਲਨ ਜੀ ਸੀ, ਟੋਨੀ ਜੀ, ਸਾਰੀ ਮੰਡੀ ਸੀ ਤੇ ਅਸੀਂ 2 ਘੇਰੇ ਵੀ ਸੀ ਪਰ ਨਹੀਂ ਮਿਲੇ। ਪੁਲਿਸ ਚੌਂਕੀ ਦਾ, ਭੁੱਚੋ ਮੰਡੀ ਦਾ ਬਹੁਤ ਬਹੁਤ ਧੰਨਵਾਦ ਕਰਨਾ ਉਹਨਾਂ ਨੇ। ਨਾਲੇ ਏਰੀਆ ਨਹੀਂ ਪੈਂਦਾ ਸੀ, ਏਰੀਏ ਦੇ ਬਾਵਜੂਦ ਵੀ ਮੇਰੇ ਨਾਲ ਸਪੋਰਟ ਕੀਤੀ ਉਹਨਾਂ ਨੇ।